ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਆਪਾਂ ਗਣਿਤ ਦੇ ਖੇਤਰ ਮਿਤੀ ਵਾਲੇ ਪੋਰਸ਼ਨ ਦੇ ਉੱਤੇ ਪਹੁੰਚੇ ਹੋਏ ਹਾਂ। ਠੀਕ ਹੈ ਬੇਟਾ, ਤਾਂ ਘੇਰਾ ਅਤੇ ਖੇਤਰਫਲ ਵਾਲੇ ਸਵਾਲ ਕਰਦੇ ਪਏ ਹਾਂ। ਇਹਦੇ ਬੇਟਾ 13 ਨੰਬਰ ਸਵਾਲ 'ਤੇ ਆ ਗਏ। ਦੇਖੋ, ਕਹਿੰਦਾ ਇੱਕ ਆਇਤਾਕਾਰ ਪਲਾਟ ਦੀ ਲੰਬਾਈ 45 ਮੀਟਰ ਅਤੇ ਖੇਤਰਫਲ 1800 ਵਰਗ ਮੀਟਰ ਹੈ। ਬੇਟਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜੇਕਰ ਤੁਸੀਂ ਚਿੱਤਰ ਬਣਾ ਲਓਗੇ ਸਵਾਲ ਦਾ ਤਾਂ ਬੇਟਾ ਤੁਹਾਨੂੰ ਸਵਾਲ ਕਾਫੀ ਸੌਖਾ ਹੋ ਜਾਊਗਾ। ਕਹਿੰਦਾ ਲੰਬਾਈ 45 ਮੀਟਰ ਹੈ ਅਤੇ ਖੇਤਰਫਲ 1800 ਵਰਗ ਮੀਟਰ ਹੈ। ਠੀਕ ਹੈ, ਵਰਗ ਮੀਟਰ ਲੰਬਾਈ 45 ਮੀਟਰ ਹੈ ਅਤੇ ਚੌੜਾਈ ਪਤਾ ਕਰਨੀ ਹੈ। ਠੀਕ ਹੈ, ਅਤੇ ਚੌੜਾਈ ਨੂੰ ਐਕਸ ਮੰਨ ਲਓ ਤਾਂ ਆਇਤ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ? ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ। ਠੀਕ ਹੈ ਬੇਟਾ, ਲੰਬਾਈ ਗੁਣਾ ਚੌੜਾਈ। ਤਾਂ ਬੇਟਾ ਲੰਬਾਈ 45 ਗੁਣਾ ਐਕਸ ਬਰਾਬਰ 1800। ਠੀਕ ਹੈ ਬੇਟਾ, ਤਾਂ ਇਹ ਬੇਟਾ ਕੱਟੇ ਜਾਣੇ ਆ ਆਪਾਂ 45 ਨੇ ਉੱਧਰ ਜਾ ਕੇ ਡਿਵਾਈਡ ਹੋ ਜਾਣਾ 1800 ਦੇ ਨਾਲ, ਗੁਣਾ ਤਕਸੀਮ 'ਚ ਬਦਲ ਜਾਂਦੀ ਹੈ। ਤਾਂ 9 5 45, 9 2 18, 200 ਆ ਗਿਆ। 5 'ਤੇ ਕੱਟੇ ਜਾਣੇ ਆ, 5 4 20, 0 2 0, ਤਾਂ ਐਕਸ ਬਰਾਬਰ 40। ਤਾਂ ਆਇਤ ਦੀ ਚੌੜਾਈ ਕਿੰਨੀ ਆ ਗਈ? 40 ਮੀਟਰ ਉੱਤਰ ਆ ਗਿਆ। ਠੀਕ ਹੈ, ਤਾਂ ਬੇਟਾ ਕਿਉਂਕਿ ਇਹ ਮੀਟਰਾਂ 'ਚ ਯੂਨਿਟ ਆ, ਉੱਤਰ ਮੀਟਰਾਂ ਦੇ ਵਿੱਚ ਹੀ ਆਊਗਾ। A1 40 ਮੀਟਰ ਉੱਤਰ ਦਿੰਦਾ ਪਿਆ, A1 ਨੂੰ ਅਸੀਂ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 14। ਕਹਿੰਦਾ ਜ਼ਮੀਨ ਦੇ ਇੱਕ ਵਰਗਾਕਾਰ ਪਲਾਟ ਦੀ ਭੁਜਾ 25 ਮੀਟਰ ਹੈ ਅਤੇ ਪਲਾਟ ਨੂੰ 40 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਪੱਧਰਾ ਕਰਨ ਦਾ ਖਰਚ ਦੱਸੋ। ਤਾਂ ਬੇਟਾ ਵਰਗਾਕਾਰ ਪਲਾਟ ਹੈ, ਠੀਕ ਹੈ, ਇੱਕ ਭੁਜਾ 25 ਮੀਟਰ ਹੈ। ਠੀਕ ਹੈ, ਇਹਦਾ ਮਤਲਬ ਸਾਰੀਆਂ ਭੁਜਾਵਾਂ 25-25 ਮੀਟਰ ਹੋਣਗੀਆਂ। ਗੱਲ ਸਮਝ ਲੱਗ ਗਈ ਨਾ, ਜਦੋਂ ਪਲਾਟ ਵਰਗਾਕਾਰ ਆ ਤਾਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ। ਅਤੇ ਬੇਟਾ ਪਲਾਟ ਨੂੰ ਪੱਧਰਾ ਕਰਨਾ ਆ, ਪੱਧਰਾ ਕਰਨ ਦੇ ਲਈ ਬੇਟਾ ਆਹ ਅੰਦਰਲਾ ਖੇਤਰਫਲ ਸਾਨੂੰ ਪਤਾ ਹੋਣਾ ਚਾਹੀਦਾ ਆ। ਠੀਕ ਹੈ, ਅੰਦਰੋਂ ਹੀ ਪੱਧਰਾ ਕਰਨਾ ਨਾ, ਕਿਨਾਰਿਆਂ ਤੋਂ ਨਹੀਂ ਪੱਧਰਾ ਹੁੰਦਾ, ਵਾੜ ਕਿਨਾਰਿਆਂ 'ਤੇ ਲੱਗਦੀ ਹੈ। ਤਾਂ ਪੱਧਰਾ 40 ਰੁਪਈਏ ਪ੍ਰਤੀ ਵਰਗ ਮੀਟਰ ਦੀ ਦਰ ਦੇ ਨਾਲ, ਤਾਂ ਅਸੀਂ ਕੀ ਕਰਾਂਗੇ ਕਿ ਪਲਾਟ ਦਾ ਖੇਤਰਫਲ ਗੁਣਾ 40, ਜਿੰਨੇ ਵਰਗ ਮੀਟਰ ਖੇਤਰਫਲ ਆ ਉਹਨੂੰ 40 ਨਾਲ ਗੁਣਾ ਕਰ ਦਾਂਗੇ। ਠੀਕ ਹੈ, ਤਾਂ ਇਹ ਕੀ ਆ ਜੂਗਾ? 25 ਵਰਗ ਦਾ ਖੇਤਰਫਲ ਕੀ ਹੁੰਦਾ? ਭੁਜਾ ਗੁਣਾ ਭੁਜਾ, 25 ਗੁਣਾ 25 ਅਤੇ ਗੁਣਾ 40, ਕਿਉਂਕਿ ਜਿੰਨਾ ਬੇਟਾ ਹੈਗਾ ਆ, ਜਿੰਨਾ ਪਲਾਟ ਵਰਗ ਦਾ ਖੇਤਰਫਲ ਆ, 1 ਮੀਟਰ ਦਾ 40 ਰੁਪਈਏ ਖਰਚਾ ਅਤੇ ਉਹਨੂੰ 40 ਨਾਲ ਗੁਣਾ ਕਰ ਦਾਂਗੇ, ਟੋਟਲ ਆ ਜੂਗਾ। ਤਾਂ ਇਹ ਆ ਗਿਆ ਬੇਟਾ 625 ਗੁਣਾ 40। ਇਹ 0 ਦੀ 0, 4 5 20, 4 2 8 ਅਤੇ 2 10, 4 6 24 ਅਤੇ 1 25, 25,000 ਰੁਪਈਏ ਉੱਤਰ ਆਊਗਾ ਬੇਟਾ ਇਹਦਾ। ਠੀਕ ਹੈ, ਤਾਂ ਬੇਟਾ ਆਪਾਂ ਦੇਖਦੇ ਹਾਂ, ਆਹ ਬੇਟਾ ਪਹਿਲਾਂ ਹੀ 25,000 ਰੁਪਈਏ ਉੱਤਰ ਦਿੰਦਾ ਪਿਆ। ਫਸਟ 1 ਨੂੰ ਇਹਦੇ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਅੱਗੇ ਆ ਗਿਆ ਸਵਾਲ ਨੰਬਰ 15। ਕਹਿੰਦਾ ਇੱਕ ਆਇਤ ਦਾ ਖੇਤਰਫਲ 760 ਵਰਗ ਸੈਂਟੀਮੀਟਰ ਅਤੇ ਚੌੜਾਈ 40 ਸੈਂਟੀਮੀਟਰ ਹੈ, ਘੇਰਾ ਪਤਾ ਕਰੋ। ਤਾਂ ਬੇਟਾ ਇੱਕ ਆਇਤ ਆ ਸਾਡੇ ਕੋਲ, ਇਹਦਾ ਖੇਤਰਫਲ ਕਿੰਨਾ? 760 ਵਰਗ ਸੈਂਟੀਮੀਟਰ, ਠੀਕ ਹੈ, 760 ਯੂਨਿਟ ਹੈ ਅਤੇ ਚੌੜਾਈ 40 ਸੈਂਟੀਮੀਟਰ ਹੈ। ਬੇਟਾ ਇਹਦਾ ਘੇਰਾ ਪਤਾ ਕਰਨ ਲਈ ਸਾਨੂੰ ਪਹਿਲਾਂ ਲੰਬਾਈ ਪਤਾ ਕਰਾਂਗੇ। ਠੀਕ ਹੈ, ਤਾਂ ਖੇਤਰਫਲ ਦਾ ਫਾਰਮੂਲਾ ਲੰਬਾਈ ਗੁਣਾ ਚੌੜਾਈ ਬਰਾਬਰ ਇਹ ਖੇਤਰਫਲ ਹੁੰਦਾ ਆ ਆਇਤ ਦਾ। ਠੀਕ ਹੈ, ਤਾਂ 40 ਗੁਣਾ ਐਕਸ ਬਰਾਬਰ 760, 0 ਨਾ 0 ਕੱਟੀ ਗਈ, 4 'ਤੇ ਕੱਟਾਂਗੇ ਤਾਂ 4 1 4 ਅਤੇ 4 ਨਾ ਆ 36 19, ਤਾਂ ਚੌੜਾਈ ਕਿੰਨੀ ਆ ਗਈ? 19 ਸੈਂਟੀਮੀਟਰ, 19 ਸੈਂਟੀਮੀਟਰ। ਹੁਣ ਬੇਟਾ ਆਇਤ ਦਾ ਘੇਰਾ ਕੀ ਹੁੰਦਾ? ਘੇਰਾ ਬਰਾਬਰ 2 ਬਰੈਕਟ ਸ਼ੁਰੂ ਲੰਬਾਈ ਜਮ੍ਹਾਂ ਚੌੜਾਈ, ਤਾਂ ਬਰਾਬਰ 2 ਬਰੈਕਟ ਸ਼ੁਰੂ 40 ਜਮ੍ਹਾਂ 19, 40 ਜਮ੍ਹਾਂ 19 ਕਿੰਨੇ ਹੋ ਗਏ? 59, 2 ਗੁਣਾ 59, ਤਾਂ ਇਹ ਆ ਗਿਆ 118 ਸੈਂਟੀਮੀਟਰ। ਬੇਟਾ ਜਿਹਦੇ ਵਿੱਚ ਯੂਨਿਟ ਆ ਉੱਤਰ ਉਹਦੇ ਵਿੱਚ ਹੀ ਦੇਣਾ, ਜੇ ਮੀਟਰਾਂ ਚੱਲ ਰਹੇ ਤਾਂ ਮੀਟਰਾਂ 'ਚ, ਸੈਂਟੀਮੀਟਰਾਂ 'ਚ ਤਾਂ ਸੈਂਟੀਮੀਟਰਾਂ ਦੇ ਵਿੱਚ ਉੱਤਰ ਆਊਗਾ, ਤਾਂ 118 ਸੈਂਟੀਮੀਟਰ। ਬੇਟਾ A1 ਹੀ 118 ਸੈਂਟੀਮੀਟਰ ਦਿੰਦਾ ਪਿਆ, A1 ਨੂੰ ਅਸੀਂ ਇਹਦੇ ਰਾਈਟ ਆਂਸਰ ਟਿਕ ਕਰ ਦੇਵਾਂਗੇ।
सो बेटा ये सीगा सवाल नंबर 15। अगले सवाल आप अगली वीडियो में शेयर करते हैं। तुसी जो प्यारे बच्चों ने वीडियो देख के सेवा का मौका दिता, ये तो बहुत बहुत धन्यवाद। थैंक यू बेटा।